ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਕੌਣ ਤੁਸੀਂ ਕੌਣ ਹੋ ਤੁਸੀਂ ਗੁਰਪ੍ਰੀਤ ਸਿੰਘ ਮਿੰਟੂ ਤੱਕ ਗੱਲ ਠੀਕ ਹੈ ਮਿੰਟੂ ਮਾਲਵੇ ਤੱਕ ਗੱਲ ਠੀਕ ਹੈ ਲੋਕ ਤੁਹਾਨੂੰ ਭਗਤਪੁਰ ਸਿੰਘ ਦਾ ਵਾਰਿਸ ਕਹਿੰਦੇ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਨਾਮ ਰੱਬ ਦਾ ਰੂਪ ਕਹਿੰਦੇ ਨੇ ਅੱਛਾ ਜਿਹੜੇ ਨੈਗੇਟਿਵ ਕਮੈਂਟਸ ਆਉਂਦੇ ਨੇ ਮੈਂ ਉਸ ਵਾਲੇ ਪਾਸੇ ਵੀ ਰੁਕ ਕਰਾਂਗਾ ਪਰ ਪਹਿਲਾਂ ਮੈਂ ਸਮਝਣਾ ਚਾਹੁੰਦਾ ਕਿ ਤੁਸੀਂ ਸੋਸ਼ਲ ਮੀਡੀਆ ਇਨਫਲੂਐਂਸਰ ਹੋ ਤੁਸੀਂ ਕੌਣ ਹੋ ਕਿਵੇਂ ਤੁਹਾਡੀ ਪਛਾਣ ਤੁਸੀਂ ਖੁੱਦੇ ਤੌਰ ਦੇ ਉੱਪਰ ਦੇਖਦੇ ਹੋ ਐਕਚੁਅਲੀ ਵਿੱਚ ਜੀ ਅਸੀਂ ਇੱਕ ਆਮ ਇਨਸਾਨ ਆ ਜੋ ਅੱਜ ਦੇ ਸਮਾਜ ਦੇ ਵਿੱਚ ਵਿਚਰਦਾ ਸੰਜੀਦਾ ਸੋਚ ਵਾਲਾ ਜਿਹਨੂੰ ਦੁੱਖ ਲੱਗਦਾ ਕਿਸੇ ਇਨਸਾਨ ਨੂੰ ਦੇਖ ਕੇ ਆਪਣੀ ਤਕਲੀਫ ਨੂੰ ਅਸੀਂ ਖੁਦ ਆਪ ਆਪਣੀ ਜ਼ਿੰਦਗੀ 'ਚ ਬਹੁਤ ਦੁੱਖ ਝਡਾਇਆ ਹੋਇਆ ਬੜੀਆਂ ਤਕਲੀਫਾਂ 'ਚੋਂ ਨਿਕਲੇ ਹੋਏ ਆ ਤਾਂ ਅਸੀਂ ਕੋਸ਼ਿਸ਼ ਕਰਦੇ ਆ ਵੀ ਜਿਹੜਾ ਸਾਡਾ ਫਰਜ਼ ਆ ਅਸੀਂ ਜਿਹੜੇ ਨਿੱਕੇ ਨਿੱਕੇ ਹੁੰਦੇ ਸੀ ਸਾਡੇ ਮੇਰੇ ਦਾਦੀਆਂ ਨਾਨੀਆਂ ਮੇਰੇ ਮੰਮੀ ਦੇ ਭੂਆ ਜੀ ਹੁੰਦੇ ਸੀ ਬਜ਼ੁਰਗ ਉਹਨਾਂ ਨੇ ਸਾਨੂੰ ਛੋਟੇ ਛੋਟਿਆਂ ਨੂੰ ਰੂਪ ਪਸੰਦ ਦੀ ਕਹਾਣੀ ਸਰਬਣ ਪੁੱਤ ਦੀ ਛੋਟੇ ਸ਼ਹਿਬਜ਼ਾਦਿਆਂ ਦੀ ਸੁੱਚੇ ਸੂਰਮੇ ਦੀ ਮਤਲਬ ਇਸ ਤਰ੍ਹਾਂ ਦੀਆਂ ਵਾਰਤਾਂ ਸੁਣ ਕੇ ਵੱਡੇ ਹੋਏ ਆ ਪਰ ਜਦੋਂ ਵੱਡੇ ਹੋਏ ਦੁਨੀਆ ਨੂੰ ਬਦਲਦਾ ਦੇਖਿਆ ਮੇਰਾ 76 ਦਾ ਬਰਤ ਆ ਅਸੀਂ ਟੈਕਨੋਲੋਜੀ ਦਾ ਯੁੱਗ ਆਉਂਦਿਆਂ ਦੇਖਿਆ ਅਸੀਂ ਦੇਖਿਆ ਵੀ ਜੋ ਕਹਾਣੀਆਂ ਚ ਦੱਸਿਆ ਜਾਂਦਾ ਸੀ ਉਹ ਐਕਚੁਅਲ ਦੇ ਵਿੱਚ ਹੈ ਨਹੀਂ ਦੇਖ ਨਹੀਂ ਰਿਹਾ ਕਿਤੇ ਨજર ਨਹੀਂ ਸੀ ਆਉਂਦਾ ਜਾਂ ਉਹਦੇ ਅੰਗੇਸਟ ਕਿਤੇ ਕੋਈ ਖੜਾ ਦੇਖਣਾ ਤਹੋਲੀ-ਹੋਲੀ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜਿਹਦੀ ਸੋਚ ਮਹਾਰਾਜ ਨੇ ਸਾਨੂੰ ਬਖਸ਼ੀ ਉਹਦੇ ਮੁਤਾਬਕ ਅੱਜ ਅਸੀਂ ਇੱਕ ਸੇਵਾ ਕਰਦੇ ਆ ਅਸੀਂ ਆਪਣੇ ਆਪ ਨੂੰ ਇੱਕ ਨਿਮਾਣੇ ਸੇਵਾਦਾਰ ਮੰਨਦੇ ਆ ਕਿ ਸੁਪਨਿਆਂ ਦਾ ਘਰ ਕੋਈ 7 ਮੈਂਬਰਾਂ ਦਾ ਘਰ ਆ ਕਿਸੇ ਦਾ 5 ਦਾ ਕਿਸੇ ਦਾ 10 ਦਾ ਅਸੀਂ 700 ਮੈਂਬਰਾਂ ਦੇ ਪਰਿਵਾਰ ਦੇ ਵਿੱਚ ਰਹਿੰਦੇ ਆ ਉਸ ਪਰਿਵਾਰ ਦੇ ਮੈਂਬਰ ਆ ਤੇ ਉਹਦੇ ਵਿੱਚ ਸਾਡੇ ਬਾਪੂ ਵੀ ਔਰਗੇ ਨੇ ਸਾਡੀਆਂ ਮਾਵਾ ਭੈਣਾਵਾ ਬੱਚੇ ਆ ਬੱਚੀਆਂ ਆ ਤੇ ਸੁਪਨਿਆਂ ਦੇ ਘਰ ਵਿੱਚ ਅਸੀਂ ਇੱਕ ਸਪਨੇ ਵਰਗਾ ਜੀਵਨ ਬទਿਤ ਕਰਦੇ ਆ ਮਤਲਬ ਤੁਸੀਂ ਜ਼ਿਕਰ ਕਰ ਰਹੇ ਹੋ ਕਿ 2016 ਤੋਂ ਤੁਸੀਂ ਆਪਣੀ ਪੂਰੀ ਜਰਨੀ ਸ਼ੁਰੂ ਕੀਤੀ ਮਾ ਉਸ ਪਾਸੇ ਜਾਵਾਂ ਤੇ ਮੌਜੂਦਾ ਸਮੇਂ 'ਚ ਤੁਹਾਡੇ ਕੋਲ 700 ਤੁਹਾਡੇ ਮੈਂਬਰ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਪਰਿਵਾਰ ਦਾ ਮੈਂਬਰ ਕਹਿੰਦੇ ਹੋ ਮੈਂ ਮੈਂ ਗੁਰਪ੍ਰੀਤ ਜੀ ਦੇਖੋ ਤੁਸੀਂ ਜ਼ਿਕਰ ਕਰ ਦਿੱਤਾ ਵਕ ਵਕ ਕਹਾਣੀਆਂ ਦਾ ਕਿ ਤੁਹਾਡੇ ਮਾਪਿਆਂ ਨੇ ਤੁਹਾਡੇ ਦਾਦੀ ਨਾਨੀ ਨੇ ਤੁਹਾਨੂੰ ਸੁਣਾਇਆ ਅਸੀਂ ਵੀ ਸਾਰਿਆਂ ਨੇ ਸੁਣੀ ਹੈ ਬਿਲਕੁਲ ਕੋਈ ਕੋਈ ਖਾਸ ਵਜ੍ਹਾ ਸੀ ਕੋਈ ਅਜੀਹੀ ਕਹਾਣੀ ਸੀ ਤੁਸੀਂ ਭਗਤਪੂਰਨ ਸਿੰਘ ਜੀ ਬਾਰੇ ਸੁਣਿਆ ਹੋਵੇਗਾ ਉਹਨਾਂ ਦੀਆਂ ਕਹਾਣੀਆਂ ਵੀ ਤੁਹਾਡੀ ਜ਼ਿਕਰ ਨਹੀਂ ਆਇਆ ਉਹਨਾਂ ਦੀ ਕਹਾਣੀ ਬਾਰੇ ਉਹ ਵੀ ਸੁਣੀਆਂ ਹੋਣਗੀਆਂ ਤੁਸੀਂ ਬਿਲਕੁਲ ਤੁਹਾਨੂੰ ਅੱਜ ਉਹਨਾਂ ਦਾ ਬਾਰਸ ਕਿਹਾ ਜਾਂਦਾ ਹੈ ਸਮਝਦੇ ਹੋ ਕਿ ਉਸ ਉਸ ਲੀ ਦੇ ਉੱਤੇ ਤੁਸੀਂ ਹੈਗੇ ਹੋ ਨਹੀਂ ਬੀਰ ਜੀ ਅਸੀਂ ਉਹਨਾਂ ਦੇ ਬਿਲਕੁਲ ਵੀ ਨੇੜੇ ਤੇੜੇ ਵੀ ਨਹੀਂ ਹੈਗੇ ਐਕਚੁਅਲੀ ਦੇ ਵਿੱਚ ਉਹ ਜੋਗ ਸੀ ਜਦੋਂ ਭਗਤਪੂਰਨ ਸਿੰਘ ਜੀ ਨੇ ਸੇਵਾ ਕੀਤੀ ਲੋਕਾਂ ਦੇ ਦਰ ਤੇ ਜਾ ਕੇ ਮੰਗ ਕੇ ਕਿਦਾਂ ਉਹਨਾਂ ਨੂੰ ਪ੍ਰਸ਼ਾਦਾ ਕਿਦਾਂ ਇੱਕ ਪਿਆਰੇ ਨੂੰ ਸੜਕ ਤੋਂ ਚੱਕ ਕੇ ਲਵਾਰਸ ਨੂੰ ਆਪਣੇ ਘਰ ਨਾਲ ਲਾਇਆ ਜਦ ਤੱਕ ਜਿੰਦਾ ਰਹੇ ਨੇ ਆਖਰੀ ਸਵਾਸ ਤੇਕਰ ਉਹਨਾਂ ਨੂੰ ਗਲ ਦੇ ਨਾਲ ਹੀ ਲਾ ਕੇ ਰੱਖਿਆ ਅਸੀਂ ਅੱਜ ਦੇ ਕਾਲਜੁਗੀ ਯੁੱਗ ਦੇ ਵਿੱਚ ਰਹਿੰਦੇ ਆ ਬਹੁਤ ਸਾਰੀਆਂ ਆਪਣੀਆਂ ਇੱਛਾਵਾਂ ਵਾਂ ਉਹ ਵੀ ਨਾਲ ਦੀ ਨਾਲ ਜ਼ਿੰਦਗੀ ਚ ਚੱਲ ਰਹੀਆਂ ਹਨ ਪਰਿਵਾਰ ਵੀ ਚੱਲ ਰਿਹਾ ਭਗਤ ਜੀ ਨੇ ਤਾਂ ਆਪਣੀ ਜ਼ਿੰਦਗੀ ਸਭ ਕੁਝ ਨਿਸ਼ਾਵਰ ਕਰਤਾ ਸੀ ਪਰ ਮੈਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੇ ਝਾਤ ਮਾਰਾਂ ਤਾਂ ਅਸੀਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗੇ ਪਰ ਅਸੀਂ ਉਹਨਾਂ ਨੂੰ ਦੇਖਿਆ ਨਿੱਕੇ ਹੁੰਦੇ ਜਦੋਂ ਦਰਬਾਰ ਸਾਹਿਬ ਜਾਣਾ ਤੇ ਓੜੀ ਤੇ ਬੈਠੇ ਹੋਣਾ ਕਿਸੇ ਦੇ ਬਾਲਾਂ ਨੂੰ ਸਵਾਰਦਿਆਂ ਕਿਸੇ ਦੇ ਕਿਤਾਬਾਂ ਦੇ ਵਿੱਚ ਪੜ੍ਹਦੇ ਮੈਨੂੰ ਜਾ ਮਤਲਬ ਤੁਹਾਨੂੰ ਉਹਨਾਂ ਦਾ ਉਹਨਾਂ ਦੀ ਇੱਕ ਜਿਹੜੀ ਜੋ ਕਿਰਤੋਂ ਕਰ ਰਹੇ ਸੀ ਉਹ ਉਸ ਦਾ ਪਹਿਲਾਂ ਤੁਸੀਂ ਗਿਆਨ ਸੀ ਕਿਉਂਕਿ ਕੀ ਕਰਦੇ ਨੇ ਕੀ ਇਹ ਸ਼ਖਸੀਅਤ ਹੈ ਬਿਲਕੁਲ ਪਰ ਜਿਹੜੀ ਇਹ ਸੇਵਾ ਅਸੀਂ ਕਰ ਰਹੇ ਹਾਂ ਇਹ ਨਾ ਤਾਂ ਸੋਚ ਕੇ ਨਾ ਕੋਈ ਇਦਾਂ ਦਾ ਸੀ ਸਾਡੇ ਨਾ ਹੀ ਸਾਡੇ ਕੋਈ ਜਾਣ ਸੀ ਨਾ ਮੈਂ ਕੋਈ ਸੇਵਾਦਾਰ ਸੀ ਜਿਹੜਾ ਮੇਰਾ ਜ਼ਿੰਦਗੀ ਦਾ ਪਹਿਲਾ ਪੱਖ ਹੈ ਜੀ ਉਹਨੂੰ ਕੋਈ ਦੇਖਣ ਜਿਹੜੇ ਮੇਰੇ ਲੋਕ ਜਾਣਦੇ ਨੇ ਸਾਨੂੰ ਬਿਲਕੁਲ ਹੀ ਇਸ ਚੀਜ਼ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਸੀ ਨਾ ਇਸ ਰਾਹ ਦੇ ਰਾਹੀ ਸੀ ਤੇ ਪਤਾ ਹੀ ਨਹੀਂ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੇ ਕਿਹੜਾ ਉਹ ਸਮਾਂ ਸੀ ਜਦੋਂ ਸਾਡੇ ਤੇ ਏਡੀ ਕਿਰਪਾ ਕੀਤੀ ਜਿਹੜੀ ਮਿਹਰ ਕੀਤੀ ਜਿਹੜਾ ਅਸੀਂ ਅੱਜ ਇਸ ਕਾਰਜ ਦੇ ਵਿੱਚ ਆ ਅਸੀਂ ਤਾਂ ਐਵੇਂ ਜੇ ਗੱਲਾਂ ਕਰੀਏ ਲੋਕਾਂ ਦੀ ਇਧਰੋਂ ਉਧਰੋਂ ਜ਼ਮੀਨਾਂ ਦੱਬਦੇ ਜਾਂ ਉਹ ਕਰਦੇ ਤੁਰੇ ਫਿਰਦੇ ਸੀਗੇ ਪਰ ਮਾਰੇ ਨੇ ਆਪਦੀ ਵੀ ਦਾਨ ਕਰਾਤੀ ਆ ਸੱਚੇ ਬਾਦਸ਼ਾਹ ਨੇ ਅਸੀਂ ਤਾਂ ਢਾਬੇ ਤੇ ਵੀ ਇਹ ਸੋਚ ਨਾਲ ਗਏ ਸੀ ਵੀ ਵੱਡਾ ਢਾਬਾ ਬਣਾ ਕੇ ਚਲਾਉਣਾ ਜਿਵੇਂ ਸਿੱਖਦੇ ਆ ਡਾਟਾ ਦਿੱਲੀ ਜਾਂਦਿਆਂ ਨੂੰ ਚੱਲਦਾ ਵੀ ਇਦਾਂ ਚਲਾਵਾਂਗੇ ਪਰ ਉਮਾਰਾ ਨੇ ਸੱਚੇ ਬਾਦਸ਼ਾਹ ਨੇ ਸਾਨੂੰ ਓਟਾਬੇ ਤੇ 7-8 ਮਹੀਨੇ ਰਹਿਣ ਲਈ ਵਕਤ ਦਿੱਤਾ ਤੇ ਉਹ 7-8 ਮਹੀਨਾ ਚ ਜਿਸੀ 16 ਮੈਂਬਰ ਲੈ ਕੇ ਵਾਪਸ ਆਪਣੇ ਜਨਕਰ ਨੂੰ ਜਾ ਰਹੇ ਸੀ ਉਹ ਮੈਂਬਰ ਜਿਨ੍ਹਾਂ ਦੇ ਵਿੱਚੋਂ ਚਾਰ ਮੈਂਬਰਾਂ ਦੇ ਕੀੜੇ ਪਏ ਹੋਏ ਸੀ ਤੇ ਦੋ ਮੈਂਬਰ ਪੈਰਾਲਾਈਸ ਸੀਗੇ ਇੱਕ ਬਾਪੂ ਸੀ ਜਿਹੜੇ ਕਾਲੇ ਦੌਰ ਦੇ ਵਿੱਚ ਉਸ ਸਮੇਂ ਦੇ ਵਿੱਚ ਜਿਹੜਾ 80 ਦੇ ਦਹਾਕੇ 90 ਦੇ ਦਹਾਕੇ ਦੇ ਸਾਡੇ ਤੇ ਜੁਲਮ ਹੋਇਆ ਉਹਦੇ ਚ ਉਹਦਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਸੀਗਾ ਤੇ ਉਹ ਬਾਪੂ ਅਫਸੈਟ ਹੋਇਆ ਸੜਕਾਂ ਦੇ ਦੁਆਰੇ ਫਿਰਦਾ ਸੀ ਇੱਕ ਉਹ ਬਾਪੂ ਬਜ਼ੁਰਗ ਸੀ ਸਾਡੇ ਨਾਲ ਅਸੀਂ ਉਹ 16 ਮੈਂਬਰਾਂ ਨੂੰ ਲੈ ਕੇ ਖੇਤ ਦੇ ਵਿੱਚ ਜਾ ਕੇ ਤੰਬੂ ਲਾ ਕੇ ਰਹਿਣਾ ਸ਼ੁਰੂ ਕੀਤਾ ਨਹੀਂ ਸੀ ਸੋਚਿਆ ਵੀ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਏਡੀ ਵੱਡੀ ਸੇਵਾ ਸ਼ੁਰੂ ਹੋ ਜੂਗੀ ਇੱਕ ਸ਼ੁਰੂ ਤੋਂ ਹੀ ਕਿ ਰਿਹਵਾ ਵੀ ਕਦੇ ਜ਼ਿੰਦਗੀ 'ਚ ਪਲੈਨਿੰਗ ਨਹੀਂ ਕੀਤੀ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਵੀ ਆਪਾਂ ਕੱਲ ਨੂੰ ਆਹ ਕੰਮ ਕਰਨਾ ਆਪਣੇ ਆਪ ਹੀ ਹੁੰਦਾ ਚਲਾ ਗਿਆ ਅੱਜ ਬਿੰਨੀ ਸੋਚ ਕੇ ਆਏ ਸੀਗੇ ਆ ਗੱਲ ਵੀ ਤੁਹਾਡੇ ਸਾਹਮਣੇ ਹੋਵਾਂਗੇ ਰूबरू ਪਰ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹੀ ਮੇਰਾ ਵੀ ਜਿਹੜਾ ਸਾਤੋਂ ਇਸ ਜੀਵਨ ਦੇ ਵਿੱਚ ਏਡਾ ਸੋਹਣਾ ਕਾਰਜ ਮਹਾਰਾਜ ਕਰਾ ਰਹੇ ਨੇ ਚਲੋ ਮੈਂ ਥੋੜਾ ਜਿਹਾ ਹੁਣ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਬਾਰੇ ਬਹੁਤ ਕੁਝ ਜਾਣਦੇ ਨੇ ਤੁਸੀਂ ਕਰੀਬ ਕਰੀਬ 48ਵੇਂ ਸਾਲ ਜੋ ਆਪਣੀ ਉਮਰ ਦੇ ਥੋੜਾ ਜਿਹਾ ਦੱਸੋ ਕਿ ਕਿੱਥੋਂ ਤੁਸੀਂ ਸ਼ੁਰੂਆਤ ਕਰਨ ਬਾਰੇ ਸੋਚੀ ਮੈਂ ਇਹ ਕਰਕੇ ਕਹਿ ਰਹੇ ਹਾਂ ਕਿਉਂਕਿ ਜਿਵੇਂ ਤੁਸੀਂ ਪੈਰਾਲਾਈਜ਼ ਦਾ ਜ਼ਿਕਰ ਕਰ ਰਹੇ ਹੋ ਜੇ ਦੋ ਭਰਾਵਾਂ ਦੀ ਇੱਕ ਮਾਂ ਪੈਰਲਾਈਜ਼ ਹੋ ਜਾਵੇ ਨਾ ਉਹਨਾਂ ਦੋਵਾਂ ਦੇ ਵਿਚਾਲੇ ਇਸ ਕਰਕੇ ਬਣਨੀ ਬੰਦ ਹੋ ਜਾਂਦੀ ਹੈ ਕਿ ਤੂੰ ਰੱਖ ਲੈ ਜਾਂ ਤੂੰ ਰੱਖ ਲੈ ਜੇ ਮਾਪਿਆਂ ਦੇ ਆ ਕੋਈ ਕਿਸੇ ਦਾ ਕੋਈ ਬੱਚਾ ਵੀ ਬਿਮਾਰ ਹੋ ਜਾਵੇ ਭੈਣ ਭਰਾ ਦੇ ਵਿੱਚ ਅਲੇ ਤਕਰਾਰ ਹੋ ਜਾਂਦੀ ਹੈ ਜਾਂ ਫਿਰ ਜ਼ਮੀਨਾਂ ਦਾ ਰੌਲਾ ਪੈ ਜਾਂਦਾ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾ ਕਿ ਕਈ ਵਾਰ ਨਾ ਪਰਿਵਾਰ ਦੇ ਵਿੱਚ ਕੋਈ ਮੈਂਬਰ ਜਾਂ ਕੋਈ ਗਵਾਂਢੀ ਇਸ ਤਰੀਕੇ ਦੀ ਸਥਿਤੀ ਦੇ ਵਿੱਚ ਪਹੁੰਚ ਜਾਂਦਾ ਕਿ ਆਪਾਂ ਨੇੜੇ ਜਾਣ ਤੋਂ ਘਬਰਾਉਂਦੇ ਆ ਬਹੁਤੇ ਲੋਕਾਂ ਦੀ ਸ਼ਾਇਦ ਕਈਆਂ ਨੂੰ ਚੰਗੀ ਨਾ ਲੱਗੇ ਪਰ ਸਥਿਤੀ ਇਹੀ ਹੈ ਤੁਹਾਨੂੰ ਦਿੱਕਤ ਕਦੇ ਫੀਲ ਨਹੀਂ ਹੋਈ ਕਿ ਕਿਸੇ ਦੀ ਟਾਇਲਟ ਨੂੰ ਸਾਫ ਕਰਨਾ ਅ ਕਿਸੇ ਦੇ ਕੀੜੇ ਪਏ ਹੋਏ ਆ ਉਸ ਨੂੰ ਚੁੱਕਣਾ ਕਿ ਕਿਵੇਂ ਤੁਸੀਂ ਤੁਹਾਨੂੰ ਲੱਗਿਆ ਕਿ ਹਾਂ ਇਹ ਮੈਂ ਕਰ ਸਕਦਾ ਬਿਲਕੁਲ ਵੀਰ ਜੀ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਹੀ ਸੀ ਵੀ ਮੈਨੂੰ ਵੀ ਸਮੈਲ ਆਉਂਦੀ ਸੀ ਮੈਨੂੰ ਵੀ ਕਚਿਆਣ ਆਉਂਦੀ ਸੀ ਮੈਨ ਲੱਗਦਾ ਸੀਗਾ ਵੀ ਕੀ ਹਾਲਾਤ ਬਣੇ ਹੋਏ ਅੱਜ ਪਰ ਅੱਜ ਪਤਾ ਨਹੀਂ ਪਰਮਾਤਮਾ ਨੇ ਜਿਹੜੀ ਸਾਡੇ ਤੇ ਕਿਰਪਾ ਕੀਤੀ ਆ ਮੈਂ ਉਸ ਜੀ ਨੂੰ ਦੁੱਖ ਕਹਾਂ ਜਾਂ ਸੁੱਖ ਕਹਾਂ ਜਦੋਂ 99 ਦੇ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਜਗENDER ਸਿੰਘ ਜੀ ਫੌਜ ਦੇ ਵਿੱਚੋਂ ਰਿਟਾਇਰ ਸੀ ਉਹਨਾਂ ਨੇ ਕਾਡ 71 ਵਾਲੀ ਲੜਾਈ ਦੇ ਵਿੱਚ ਹਿੱਸਾ ਵੀ ਲਿਆ ਜੀ ਤੇ ਉਹਨਾਂ ਨੂੰ ਪੈਰਾਲਾਈਜ਼ ਹੋ ਜਾਂਦਾ 98 ਦੇ ਵਿੱਚ ਦੋਨੋਂ ਇੱਕ ਸਾਈਡ ਹੱਥ ਤੇ ਪੈਰ ਉਹਨਾਂ ਦਾ ਰੁਕ ਜਾਂਦਾ ਮੇਰੇ ਫਾਦਰ ਸਾਹਿਬ ਜੀ ਮੈਂ ਅਸੀਂ ਤਿੰਨ ਬ੍ਰਦਰ ਸੀ ਮੈਂ ਨਾਨਕੇ ਰਹਿ ਕੇ ਜੰਮਿਆ ਪਲਿਆ ਆਪਣੇ ਦੋ ਬ੍ਰਦਰ ਛੋਟੇ ਸੀ ਮੇਤੋਂ ਪੜਦੇ ਸੀ ਪਿੰਡ ਇੱਥੇ ਮੰਮੀ ਪਾਪਾ ਦੇ ਕੋਲੇ ਮੈਂ ਵੱਡਾ ਹੋਣ ਦੇ ਨਾਤੇ ਪਾਪਾ ਨੂੰ ਹਸਪੀਟਲ ਦੇ ਵਿੱਚ ਰਹਿਣਾ ਪਿਆ ਮੈਨੂੰ ਛੋਟੇ ਪੜਦੇ ਸੀ ਦੋਨੇ ਮੈਂ ਬਾੜ ਹਟਿਆ ਸੀ ਫੇਲਾ ਸੀ ਪਰ ਉਹ 6 ਮਹੀਨੇ ਹਸਪੀਟਲ 'ਚ ਰਹੇ ਪਾਪਾ ਦੇ ਟਾਇਲਟ ਸਾਫ਼ ਕਰਨੇ ਡਾਈਪਰ ਚੇਂਜ ਕਰਨੇ ਸ਼ਹਿਰ ਕਿਤੇ ਨਾ ਕਿਤੇ ਸਮੈਲ ਤਾਂ ਉਦੋਂ ਹੀ ਆਉਣੋਂ हट ਗਈ ਸੀ ਕਿਉਂਕਿ ਆਪਣੇ ਬਾਪ ਤੋਂ ਵੱਧ ਕੇ ਹੋਰ ਬੰਦਾ ਕਿਹਦੇ ਨੇੜੇ ਹੋ ਸਕਦਾ ਤੇ ਬਾਪ ਵੀ ਉਹ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਸੀ ਫਿਰ ਸਮਾਂ ਬੀਤਦਾ ਗਿਆ ਜੀ 6 ਮਹੀਨੇ ਅਸੀਂ ਦਿਆਨੰਦ ਹਸਪਤਾਲ ਦੇ ਵਿੱਚ ਦਾਖਲ ਰਹੇ ਮੇਰੇ ਫਾਦਰ ਸਾਹਿਬ ਡੈਲਸ ਹੁੰਦੀ ਹੁੰਦੀ ਸੀ 6 ਮਹੀਨਿਆਂ ਚ ਅਸੀਂ ਸਾਰਾ ਕੁਝ ਗਵਾ ਲਿਆ ਆਪਣਾ ਮੰਮੀ ਦੇ ਗਹਿਣੇ ਵੀ ਵਿੱਗ ਗਏ ਜੋ ਜਮਾ ਪੂੰਜੀ ਸੀ ਉਹ ਵੀ ਲੱਗ ਗਈ ਇੱਕ ਜ਼ਮੀਨ ਸੀ ਬਾਪੂ ਜੀ ਨੇ ਸਾਡੇ ਨੇ ਲਈ ਸ਼ੇਕ ਕਨਾਲਾ ਮੁੱਲ ਉਹ ਵੀ ਵੇਚ ਕੇ ਅਸੀਂ ਉਹਨਾਂ ਤੇ ਲਾਤੀ ਪਰ ਫਾਦਰ ਸਾਹਿਬ ਵੀ ਨਹੀਂ ਬਚ ਸਕੇ ਪੈਸਾ ਵੀ ਸਾਰਾ ਕੁਝ ਲੱਗ ਗਿਆ ਤੇ ਹਰ ਰੋਜ਼ ਉਸ ਔਰਡ ਦੇ ਵਿੱਚ ਜਿਹਦੇ ਚ ਅਸੀਂ ਬੈਠੇ ਸੀ ਕਿਤੇ ਇਸ ਬੈੱਡ ਤੇ ਮੌਤ ਹੋ ਜਾਣੀ ਕਿਤੇ ਇਸ ਬੈੱਡ ਤੇ ਮੌਤ ਹੋ ਜਾਣੀ ਬੈੱਡ ਸ਼ੀਟ ਵੀ ਉੱਪਰੋਂ ਲਾ ਲਈ ਜਾਂਦੀ ਸੀ ਵੀ ਉਹ ਮਰੇ ਹੋਏ ਬੰਦੇ ਤੋਂ ਕਈ ਵਾਰੀ ਐਸੇ ਹਾਲਾਤ ਦੇਖਣੇ ਕੋਲੇ ਖੜੀ ਪਤਨੀ ਰੋਂਦੀ ਹੋਣੀ ਜਾਂ ਮਾਂ ਰੋਂਦੀ ਹੋਣੀ ਤਾਂ ਉਹਨਾਂ ਨੂੰ ਬੋਡੀ ਚੱਕਣ ਮੌਕੇ ਵੀ ਕੋਈ ਉਸ ਟਾਈਮ ਸਪੋਰਟ ਨਹੀਂ ਸੀ ਮਿਲਦੀ ਉਹ ਦਿਲ 'ਚ ਦਰਦ ਦੇਖਿਆ ਸਾਨੂੰ ਐ ਲੱਗਦਾ ਕੋਈ ਸਾਡੇ ਬਾਪੂ ਨਾਲ ਵੀ ਐ ਹੀ ਹੋਣੀ ਹੈ ਇੱਕ ਦਿਨ ਵੀ ਐ ਹੀ ਇੱਕ ਦਿਨ ਇਹਨੇ ਵੀ ਪਿਆ ਰਹਿ ਜਾਣਾ ਉਹ ਦੀਕਦੇ ਹੁੰਦੇ ਸੀ ਸਮਾਂ ਉਹ ਬੀਤਦਾ ਗਿਆ ਸਮਾਂ ਬੀਤਦਾ ਗਿਆ 1.5 ਸਾਲ ਤੇ ਉਸ ਵਕਫੇ ਦੇ ਵਿੱਚ ਬਹੁਤ ਮਾੜਾ ਚੰਗਾ ਸਮਾਂ ਦੇਖਿਆ ਬਹੁਤ ਰਿਸ਼ਤੇਦਾਰ ਸੀ ਜਿਨ੍ਹਾਂ ਨੇ ਸਪੋਰਟ ਵੀ ਕੀਤੀ ਬਹੁਤ ਇਦਾਂ ਦੇ ਵੀ ਸੀ ਜਿਹੜੇ ਮੁੱਖ ਮੋੜ ਗਏ ਸੀ ਤਾਂ ਫਿਰ ਜਦੋਂ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਅਸੀਂ ਥੋੜਾ ਆਪਣੇ ਪੈਰਾਂ 'ਸਿਰ ਹੋਏ ਮੇਰੇ ਦੋਨੇ ਛੋਟੇ ਬ੍ਰਦਰ ਪੜ ਹਟੇ ਉਹਨਾਂ ਨੇ ਵੀ ਨੌਕਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਨੌਕਰੀ ਕਰਦਾ ਸੀ ਇੱਕ ਗੱਡੀਆਂ ਚਲਾਉਂਦਾ ਸੀ ਪਾਪਾ ਟੈਕਸੀ ਚਲਾਉਂਦੇ ਸੀ ਉਸੇ ਲੈਂਡ ਚ ਚਲਾ ਗਿਆ ਫਿਰ 2007 ਚ ਮੇਰਾ ਛੋਟਾ ਬ੍ਰਦਰ ਬਾਹਰ ਚਲਾ ਗਿਆ ਕੈਨੇਡਾ ਉਹਨੇ ਆਪ ਤੋਂ ਛੋਟੇ ਨੂੰ ਵੀ ਸੱਦ ਲਿਆ ਥੋੜੇ ਪੈਰ ਲੱਗ ਗਏ ਆਪਣੇ ਜੋਗ ਹੋ ਗਏ ਫਿਰ ਜਦੋਂ ਵੀ ਕਿਸੇ ਨੂੰ ਦੇਖਣਾ ਤਕਲੀਫ ਦੇ ਵਿੱਚ ਕੋਸ਼ਿਸ਼ ਕਰੀ ਦੀ ਹੋਈ ਉਹਦੀ ਜਿੰਨੀ ਕੁ ਮਦਦ ਹੋ ਸਕਦੀ ਹੈ ਐਨੇ ਕੋਈ ਸੇਵਾਦਾਰ ਨਹੀਂ ਸੀ ਵੀ ਅਸੀਂ ਕੋਈ ਬਹੁਤ ਸਾਰੇ ਲੋਕਾਂ ਨੂੰ ਮਦਦ ਦਿੰਦੇ ਸੀ ਕਦੇ ਕਿਤੇ ਸੜਕ ਤੇ ਕੋਈ ਬੰਦਾ ਮਿਲ ਗਿਆ ਕਿ ਉਹਨੂੰ ਪ੍ਰਸ਼ਾਦਾ ਸ਼ਿਕਾਤਾ ਮਨ ਤੇ ਦਿਆ